ਜਿਹਨੂੰ ਮਰਜ਼ੀ ਪਾਓ, ਪਰ ਇੱਕ ਸਾਲ 13 ਦਿਨ ਜਿਹੜੇ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਅੰਦੋਲਨ 'ਚ ਜਿਹਨਾਂ ਨੇ ਬਿਤਾਏ ਨੇ, ਵੋਟ ਪਾਉਣ ਤੋਂ ਪਹਿਲਾਂ ਉਹਨਾਂ ਸਰਕਾਰਾਂ ਦੇ ਚਿਹਰੇ ਜ਼ਰੂਰ ਚੇਤੇ ਰੱਖਿਓ ਜਿਹਨਾਂ ਕਰਕੇ ਸਾਡੇ ਬਜ਼ੁਰਗਾਂ ਨੂੰ ਸੜਕਾਂ 'ਤੇ ਰੁਲਣਾ ਪਿਆ। ਮੈਂ ਨਹੀਂ ਕਹਿੰਦਾ ਕੌਣ ਲੀਡਰਸ਼ਿਪ ਚੰਗੀ ਹੈ ਕੌਣ ਮਾੜੀ ਹੈ, ਇੰਨਾ ਕੰਮ ਕਰ ਸਕਦੇ ਹਾਂ ਵੀ ਹੁਣ ਤੁਸੀਂ ਸਮਝ ਲਓ ਮੈਂ ਕੀ ਕਹਿਣਾ ਚਾਹੁੰਦਾ, ਵੀ ਜਿੰਨਾ ਕਰਕੇ ਸਾਡੇ ਬਜ਼ੁਰਗ ਇੱਕ ਸਾਲ ਲਖੀਮਪੁਰ ਖੀਰੀ, ਚਾਰ ਪੰਜਾਬੀ ਪਰਿਵਾਰ, ਗੁਰਵਿੰਦਰ ਸਿੰਘ, ਲਵਪ੍ਰੀਤ ਸਿੰਘ, ਜਿਨ੍ਹਾਂ ਵਿੱਚ ਨਛੱਤਰ ਸਿੰਘ, ਦਲਜੀਤ ਸਿੰਘ, ਚਾਰ ਪੰਜਾਬੀ ਪਰਿਵਾਰਾਂ ਦੇ ਬੱਚੇ ਸੀ, ਅਤੇ ਉਹਨਾਂ ਵਿੱਚੋਂ ਇੱਕ ਰਮਨ ਪੱਤਰਕਾਰ, ਪੰਜਾਂ ਉੱਤੋਂ ਦੀ ਗੱਡੀਆਂ ਚਾੜ ਦਿੱਤੀਆਂ ਗਈਆਂ ਸੀ। ਉਹਨਾਂ ਦੀਆਂ ਪਰਿਵਾਰ ਸਾਨੂੰ ਕਦੀ ਮਾਫ਼ ਨਹੀਂ ਕਰਨਗੇ ਜਿਹੜੇ ਲੋਕ ਉਹਨਾਂ ਦੇ ਪਟੇ ਆਪਣੇ ਗੜਾਂ ਵਿੱਚ ਪਵਾਈ ਫਿਰਦੇ ਆ। ਮੈਂ ਤਾਂ ਪਟਾ ਹੀ ਕਹਿੰਦਾ ਹੁੰਦਾ, ਜਿਵੇਂ ਉਹ ਕੁੱਤੇ ਦੇ ਗਲ 'ਚ ਪਟਾ ਪਾਇਆ ਹੋਵੇ ਅਤੇ ਮਾਲਕ ਨਾਲ ਨਾਲ ਰੱਸੀ ਲੈ ਕੇ ਤੁਰਿਆ ਫਿਰਦਾ। ਪਟੇ ਪਏ ਨੇ, ਅੱਜ ਗੁੱਸਾ ਨਾ ਮਨਾਇਓ, ਸਰੋਪੇ ਪਾਈ ਜਾਂਦੇ ਬਸ ਜਿਹੜਾ ਉਹਨੂੰ ਛੱਡ ਕੇ। ਅੱਛਾ, ਜਿਹੜੀ ਪਾਰਟੀ ਨੂੰ ਛੱਡ ਕੇ ਆਉਂਦਾ ਜਿਹ 'ਚ ਜਾਂਦਾ ਉਹ ਸਰੋਪਾ ਪਾਉਂਦੇ, ਹੁਣ ਦੱਸੋ ਵੀ ਜਿਹਨੂੰ ਛੱਡ ਕੇ ਆ ਉਹ ਹੁਣ ਉਹਦਾ ਕੀ ਇਲਾਜ ਕਰਨ ਬਈ? ਅਤੇ ਮਾਫ਼ ਕਰਨਾ, ਇਹੋ ਜਿਹੇ ਬੰਦੇ ਨਾ ਕਿਸੇ ਵੀ ਘੜੇ ਦੇ ਢੱਕਣ ਨਹੀਂ ਹੁੰਦੇ, ਜਿਵੇਂ ਆਮ ਨਹੀਂ ਪੰਜਾਬੀ 'ਚ ਕਹਿੰਦੇ ਵੀ ਇਹੋ ਜਿਹੇ ਬੰਦੇ ਫਿਰ ਕਿਸੇ ਵੀ ਘੜੇ ਦੇ ਢੱਕਣ ਨਹੀਂ ਹੁੰਦੇ। ਇਹੋ ਜਿਹੇ ਬੰਦਿਆਂ ਬਾਰੇ ਭਾਈ ਗੁਰਦਾਸ ਜੀ ਦੀ ਇੱਕੋ ਵਿਚਾਰ ਕਹਿ ਕੇ ਮੈਂ ਤੁਹਾਡੇ ਕੋਲ ਖਿਮਾ ਮੰਗਾਂ। ਭਾਈ ਗੁਰਦਾਸ ਜੀ ਕਹਿੰਦੇ ਇੱਕ ਰਾਜੇ ਦਾ ਨੌਕਰ ਦੂਜੇ ਰਾਜੇ ਦੇ ਕੋਲ ਚਲਾ ਗਿਆ ਰਾਜਾ ਛੱਡ ਕੇ, ਅਤੇ ਰਾਜੇ ਨੂੰ ਕਿਸੇ ਨੇ ਦੱਸਤਾ ਵੀ ਇਹ ਫਲਾਣੇ ਰਾਜੇ ਦਾ ਨੌਕਰ ਰਿਹਾ ਪਹਿਲਾਂ ਦਾ। ਅੱਛਾ, ਉਹ ਚਾਹੁੰਦਾ ਸੀ ਵੀ ਜੇ ਉਹ ਰਾਜੇ ਨੂੰ ਛੱਡ ਕੇ ਤਾਂ ਮੈਨੂੰ ਕੋਈ ਉੱਚਾ ਅਹੁਦਾ ਦੇਊਗਾ। ਉਹਨੇ ਉਹਨੂੰ ਘੋੜਿਆਂ ਦੇ ਤਬੇਲੇ ਦਾ ਇੰਚਾਰਜ ਲਾਤਾ ਵੀ ਫੱਕ ਕਿੰਨੀ ਪਾਉਣੀ ਆ, ਲਿੱਦ ਕਿਹਨੇ ਕਿੰਨੇ ਵਜੇ ਚੁੱਕਣੀ ਆ, ਇਹ ਡਿਊਟੀ ਤੂੰ ਲਾਉਣੀ ਆ। ਹੁਣ ਜੋ ਗੱਦੀ ਦਿੱਤੀ ਨਾ, ਉਹ ਚਾਹੁੰਦਾ ਸੀ ਵੀ ਮੈਨੂੰ ਕੋਈ ਖਜ਼ਾਨੇ ਦਾ ਮੰਤਰੀ ਬਣਾ ਦੇਵੇ। ਇੱਦਾਂ ਹੀ ਜਿਹੜੇ ਬੰਦੇ ਧੜੇ ਛੱਡ ਕੇ, ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਜਾਂਦੇ ਆ ਨਾ, ਉਹ ਯੋਗ ਅਹੁਦਾ ਨਹੀਂ ਦਿੰਦੇ। ਪਤਾ ਉਹਨਾਂ ਨੂੰ ਹੁੰਦਾ ਵੀ ਜੇ ਇੰਨੇ ਸਾਲ ਉੱਧਰ ਰਹਿ ਕੇ ਉਸ ਰਾਜੇ ਦਾ ਨਹੀਂ ਬਣਿਆ, ਉਸ ਪਾਰਟੀ ਨਾਲ ਗਦਾਰੀ ਕਰ ਸਕਦਾ ਅਤੇ ਰਹਿਣਾ ਇਹਨੇ। ਬੋਲੋ ਜੀ, ਹੁਣ ਆਪਣੀ ਵਾਰੀ ਆਈ, ਢਿੱਲੇ ਪੈ ਗਏ ਰਾਜੇ ਵੇਲੇ। ਹਾਂ ਹਾਂ, ਆਪਣੇ ਵੇਲੇ ਢਿੱਲੇ ਪੈ ਗਏ ਹੁਣ ਨਾ। ਪਤਾ ਉਹਨਾਂ ਨੂੰ ਹੁੰਦਾ ਵੀ ਜੇ ਇੰਨੀ ਇੰਨੇ ਸਾਲ ਉਹਨਾਂ ਧੜਿਆਂ 'ਚ ਰਹਿ ਕੇ ਉਹਨਾਂ ਨਾਲ ਗਦਾਰੀ ਕੀਤੀ ਹੈ ਅਤੇ ਰਹਿਣਾ ਇੰਨੇ ਸਾਡੇ ਕੋਲ ਵੀ ਨਹੀਂ, ਉਹ ਵੀ ਮਾੜਾ ਮੋਟੀ ਅਹੁਦਾ ਦੇ ਕੇ। ਉਹ ਤਾਂ ਤਿਲਕਾਉਣ ਡਹਿ ਹੋਣਾ, ਵੇਖੋ ਤਿਲਕਣਬਾਜ਼ੀ, ਚੱਪਲ ਹੁੰਦੀ ਨਾ ਚੱਪਲ, ਕਈ ਜੁੱਤੀਆਂ ਨਾ ਜਿਹੜੇ ਵਾਕ ਕਰਨ ਵਾਲੇ ਸ਼ੂ ਹੁੰਦੇ ਉਹ ਤਿਲਕਦੇ ਨਹੀਂ, ਉਹ ਐਂ ਗ੍ਰਿਪ ਐਂ ਸਨੋਹ ਵਿੱਚ ਵੀ ਖੁੱਭ ਜਾਂਦੇ। ਕਈ ਚੱਪਲਾਂ ਨਹੀਂ ਹੁੰਦੀਆਂ ਜਿਹੜੀਆਂ ਚੱਪਲਾਂ ਸਾਫ਼ ਹੁੰਦੀਆਂ ਥੱਲਿਓ, ਉਹ ਐਂ ਫਰਸ਼ ਤੋਂ ਤਿਲਕ ਜਾਂਦੀਆਂ ਇੱਦਾਂ। ਹੁਣ ਕਈ ਚੱਪਲਾਂ ਤਿਲਕੀ ਜਾਂਦੀਆਂ ਇੱਦਾਂ ਤਿਲਕ ਤਿਲਕ ਕੇ, ਕਈ ਪਾਵੇ ਨਿਕਲਾਏ, ਕਈ ਪਾਵਿਆਂ ਵਾਲੇ, ਕਈ ਗਾਵਿਆਂ ਵਾਲੇ, ਕੋਈ ਕਿਸੇ ਬੰਨੇ ਪੜਾ ਪਵਾਈ ਫਿਰਦਾ ਗੱਲ 'ਚ, ਉਹ ਪੜਾ ਪਾਉਣਾ। ਕਿਸੇ ਨੇ ਕਹਿਤਾ ਬਾਬੇ ਕਬੀਰ ਨੂੰ, ਕਬੀਰ ਨੂੰ ਆਉਂਦੇ ਤੂੰ ਕੂਕਰ ਆ, ਕਹਿੰਦਾ ਹਾਂ, ਕਹਿੰਦਾ ਹੈਗਾ ਵਾਂ, ਕਹਿੰਦਾ ਕਿਹਦਾ, ਕਹਿੰਦਾ ਰਾਮ ਦਾ ਵਾਂ, ਕਹਿੰਦਾ ਰਾਮ ਏਡਾ ਉੱਚਾ ਉਹਦਾ ਕੂਕਰ ਕਿੱਡਾ ਉੱਚਾ ਹੋਊਗਾ। ਡੀ ਸੀ ਦਾ ਜਿਹੜਾ ਲਾਂਗਰੀ ਹੁੰਦਾ ਨਾ, ਕੁੱਕ ਹੁੰਦਾ ਨਾ, ਉਹਦੀ ਵੀ ਐਸ ਐਸ ਪੀ ਨੇ ਜਿਹਨੂੰ ਚੱਲਦੀ, ਉਹਦੇ ਕੋਲੋਂ ਵੀ ਲੋਕ ਕੰਮ ਕਢਾ ਲੈਂਦੇ ਵੀ ਤੂੰ ਤੇਰੇ ਹੱਥ ਦਾ ਰੋਜ਼ ਖਾਣਾ ਖਾਂਦਾ, ਕਿਉਂਕਿ ਜਿੱਡਾ ਉੱਚਾ ਮਾਲਕ ਓਡਾ ਉੱਚਾ ਹੀ ਉਹਦਾ ਨੌਕਰ, ਉਹਦੀ ਵੀ ਉੱਨੀ ਚੱਲਦੀ। ਅਗਲਾ ਕਹਿੰਦਾ ਉਹਦੇ ਕੋਲੋਂ ਵੀ ਲੋਕ ਸਿਫਾਰਸ਼ਾਂ ਕਰਾ ਕਰਾ ਕੇ, ਫਿਰ ਜਦੋਂ ਖਾਣਾ ਖਾਣ ਲੱਗਦਾ ਨਾ ਉਹਦੇ ਉੱਥੋਂ, ਉਹ ਫਿਰ ਸ਼ਾਮ ਨੂੰ ਹੌਲੀ ਦਿਨ ਕਹਿੰਦਾ ਸਰ ਆਹ ਮਾੜਾ ਜਿਹਾ ਕੰਮ ਫਾਈਲ ਕੰਮ ਕਰਾਉਣਾ, ਕਿਉਂਕਿ ਕਿਉਂ, ਕਿਉਂਕਿ ਉਹ ਲਾਂਗਰੀ ਆਮ ਨਹੀਂ ਨਾ ਹੈਗਾ, ਉਹ ਲਾਂਗਰੀ ਡੀ ਸੀ ਦਾ ਵਾ, ਉਹ ਐਸ ਐਸ ਪੀ ਦਾ ਲਾਂਗਰੀ ਆ, ਵੱਡੇ ਮਿਨਿਸਟਰ ਦਾ ਲਾਂਗਰੀ ਆ। ਅਤੇ ਜਿਹੜਾ ਰਾਮ ਦਾ ਕੂਕਰ ਹੋਏਗਾ, ਕੂਕਰ ਹੀ ਫਿਰ ਰਾਮ ਥੋੜ੍ਹਾ ਹੋਏਗਾ, ਕਬੀਰ ਕੂਕਰ ਰਾਮ ਕੋ। ਕਹਿੰਦਾ ਮੋਤੀਆ, ਮੋਤੀਆ ਕਹਿੰਦਾ ਮੋਤੀ, ਮੋਤੀ ਮੀਨਿੰਗ ਮਹਿੰਗਾ, ਕਹਿੰਦਾ ਜੇ ਰਾਮ ਮਹਿੰਗਾ ਤਾਂ ਮੈਂ ਸਸਤਾ ਹੋਇਆ ਫਿਰ, ਮੋਤੀਆ ਮੇਰੋ ਨਾਓ ਗਲੇ ਹਮਾਰੇ ਜੇਵਰੀ, ਜੇ ਖਿੱਚੇ ਤੈਂ ਜਾਊਂ ਮੇਰੇ ਗਲ 'ਚ ਹੁਕਮ ਦੀ ਜੇਵਰੀ, ਜਿੱਧਰ ਖਿੱਚਦਾ ਮੇਰਾ ਮਾਲਕ ਮੈਂ ਉੱਧਰ ਜਾਣਾ। ਜੇ ਕੂਕਰ ਹੀ ਬਣਨਾ ਤਾਂ ਕਮ ਸੇ ਕਮ ਰਾਮ ਦਾ ਤਾਂ ਬਣੋ, ਜਿਹਦੇ ਕੂਕਰ ਬਣਨ 'ਚ ਮਾਣ ਮਹਿਸੂਸ ਹੋਵੇ। ਇੱਥੇ ਸੰਸਾਰ ਦੇ ਬੰਦਿਆਂ ਦੇ, ਕੋਈ ਪੋਲੀਟੀਕਲ ਬੰਦਿਆਂ ਦੇ ਪਟੇ ਪਵਾਈ ਫਿਰਦਾ, ਕੋਈ ਬਾਬਿਆਂ ਦੇ ਪਟੇ ਪਵਾਈ ਫਿਰਦਾ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਆਪਣਾ ਮਾਲਕ ਛੱਡ ਕੇ ਬੰਦਿਆਂ ਦੇ ਬੰਦੇ ਬਣ ਗਏ। ਆਓ ਗੁਰੂ ਬਖਸ਼ਿਸ਼ ਕਰੇ।